ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪਸ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ। ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਵੀਰਪਾਲ ਕੌਰ ਰੂਟੀਨ 'ਤੇ। ਟਾਈਮ ਹੋ ਗਿਆ 10:30 ਦਾ, ਵਲੋਗ ਆਪਾਂ ਹੁਣ ਸ਼ੁਰੂ ਤਾਂ ਕਰਨ ਲੱਗੇ ਹਾਂ ਜਿਹੜੇ ਆਪਣੇ ਕੰਮ ਕਰ ਆ ਉਹ ਆਪਾਂ ਨਿਬੇੜਤੇ, ਅਤੇ ਰਾਤ ਥੋੜ੍ਹੀ ਜਿਹੀ ਭਗਾਈ ਜ਼ਿਆਦਾ ਵੱਜ ਗਈ ਅਤੇ ਗਲਾ ਮੇਰਾ ਜਮ੍ਹਾਂ ਬਹਿ ਗਿਆ, ਕਿਉਂਕਿ ਤੁਹਾਨੂੰ ਪਤਾ ਵੀ ਉੱਥੇ ਨਾ ਸਾਊਂਡ ਸਿਸਟਮ ਜੇ ਚੱਲਦਾ, ਜਦੋਂ ਆਪਾਂ ਸਾਹਮਣੇ ਬੰਦੇ ਨਾਲ ਗੱਲ ਕਰਦੇ ਹਾਂ ਥੋੜ੍ਹਾ ਜਿਹਾ ਉੱਚੀ ਬੋਲਣਾ ਪੈਂਦਾ ਤਾਂ ਕਰਕੇ। ਅਤੇ ਅੱਜ ਮਾਮੀ ਵਰਗੇ ਨੇ ਆਉਣਾ ਆਂਟੀ ਦਾ ਪਤਾ ਲੈਣ, ਅਤੇ ਜਿਹੜੇ ਆਪਣੇ ਮਾਮੀ ਆਏ ਉਹ ਵੀ ਨਾਲ ਹੀ ਚੱਲ ਜਾਣਗੇ। ਅੱਜ ਮਾਮੀ ਦੀ ਵਧੀਆ ਰੌਣਕ ਜੀ ਲੱਗੀ ਸੀ, ਹੁਣ ਅਸੀਂ ਸੁੰਨੇ ਜਿਹੇ ਹੋ ਕੇ ਬਹਿ ਜਾਵਾਂਗੇ, ਹੈ ਨਾ। ਅਤੇ ਦਿਲ ਖੁਸ਼ ਕੇ ਆਪਣੇ ਕੱਪੜੇ ਫੜਨ, ਕਿਉਂਕਿ ਸੂਟ ਆਪਣੇ ਜਿਹੜੇ ਸਟਿਚ ਹੋ ਗਏ। ਡੈਡੀ ਮੰਡੀ ਗਏ ਸੌਦਾ ਲੈਣ, ਮਾਮੀ ਅਤੇ ਮੰਮੀ ਰੋਟੀ ਪਕਾਈ ਜਾਂਦੀਆਂ, ਅਤੇ ਅਮਰਿੰਦਰ ਬੈਠੀ ਸੀ ਪਾਰਸਲ ਪੈ ਕਰੀ ਜਾਂਦੀ ਸੀਗੀ। ਜਿਹੜੀ ਆਪਣੀ ਕੱਲ੍ਹ ਵਾਲੀ ਕਲੈਕਸ਼ਨ ਸੀ ਰੱਖੜੀ ਸੇਲ ਆਈ ਸੀ ਆਪਾਂ, ਉਹ ਸਾਰੀ ਸੋਲਡ ਆਊਟ ਹੋ ਗਈ, ਅਤੇ ਹੁਣ ਆਪਾਂ ਨੈਕਸਟ ਕਲੈਕਸ਼ਨ ਲੈ ਕੇ ਆਵਾਂਗੇ। ਸਾਰੀਆਂ ਭੈਣਾਂ ਦੀ ਡਿਮਾਂਡ ਆਈ ਹੈ ਮੇਰੀ ਦੀ, ਕੋਟਨ ਦੇ ਸੂਟ ਇੱਕ ਵਾਰ ਤੁਸੀਂ ਫਿਰ ਤੋਂ ਲੈ ਕੇ ਆਓ। ਹਾਂਜੀ, ਆਪਾਂ ਜ਼ਰੂਰ ਕੋਟਨ ਦੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਵਾਂਗੇ, ਗਲੇ ਨੂੰ ਪਲੀਜ਼ ਮੇਰੇ ਨੂੰ ਅਵੋਇਡ ਕਰਿਓ। ਅਤੇ ਹੁਣ ਆਪਾਂ ਚੱਲਦੇ ਹਾਂ ਅੰਦਰ, ਅਤੇ ਆਲੂ ਛੋਲਿਆਂ ਦੀ ਸਬਜ਼ੀ ਬਣੀ ਆ, ਰੋਟੀ ਖਾਂਦੇ ਹਾਂ, ਰੋਟੀ ਖਾ ਕੇ ਨਹਾ ਕੇ ਧੋ ਕੇ ਅਤੇ ਰੈਡੀ ਸ਼ੈਡੀ ਹੁੰਦੇ ਹਾਂ, ਕਿਉਂਕਿ ਉਦੋਂ ਨੂੰ ਫਿਰ ਮਾਮੀ ਵਰਗੇ ਆ ਜਾਣਗੇ। ਚਲੋ ਬਈ, ਮਾਮੀ ਰੰਗਾਂ ਸੀ, ਮਾਸੀ ਆਈ ਸੀ ਪਤਾ ਲੈਣ ਆਂਟੀ। ਮੰਮੀ ਅਤੇ ਮਾਮੀ ਇੱਕੋ ਜਿਹੀਆਂ ਚੁੰਨੀਆਂ ਲੈ ਖੜੀਆਂ ਦੇਖੀ। ਟਾਈਮ ਹੋ ਗਿਆ 4:53। ਜਿਹੜਾ ਆਪਣਾ ਅੱਜ ਦਾ ਦਿਨ ਸੀ ਉਹ ਇੱਦਾਂ ਸੀ ਵੀ ਪਹਿਲਾਂ ਕੰਮ ਕਰਨ ਜਿਹੜਾ, ਫਿਰ ਮਾਮੀ ਵਰਗੇ ਆ ਗਏ, ਸਾਰਾ ਦਿਨ ਆਈ ਨਿਕਲ ਗਿਆ। ਉਸ ਤੋਂ ਬਾਅਦ ਹੁਣ ਆਪਾਂ ਕੋਰੀਅਰ ਪੈਕ ਕਰਨੇ ਸੀ, ਮੰਮੀਆਂ ਦੀ ਮੰਡੀ ਜਾਣਾ, ਤੇਰੇ ਚੱਪਲਾਂ ਲੈ ਕੇ ਆਉਣੀਆਂ, ਕਿਹੜੇ ਇੰਜੈਕਸ਼ਨ ਲਵਾ ਕੇ ਲੈ ਕੇ ਆਉਣਾ, ਕਿਉਂ ਨਾ ਫਿਰ ਅਸੀਂ ਵੀ ਤੇਰੇ ਨਾਲ ਹੀ ਚੱਲ ਵੜ ਗਏ ਗੇੜਾ ਲਾਉਣ। ਅਤੇ ਹੁਣ ਆਪਾਂ ਆ ਗਏ ਮੰਡੀ, ਪਹਿਲਾਂ ਮੰਮੀ ਨੂੰ ਦੋਣੇ ਚੱਪਲਾਂ, ਫਿਰ ਮੰਮੀ ਦੇ ਲਵਾਉਣੇ ਟੀਕਾ, ਫਿਰ ਜਾਵਾਂਗੇ ਘਰੇ। ਘਰੇ ਜਾ ਕੇ ਕਰਾਂਗੇ ਪਾਰਸਲ ਪੈਕ। ਪਾਰਸਲ ਪੈਕ ਕਰਨ ਤੋਂ ਬਾਅਦ ਅੱਜ ਆਪਾਂ ਨੂੰ ਇਨਵੀਟੇਸ਼ਨ ਆ ਚਹਿਲ ਵਲੋਗਸ ਵਾਲੇ ਵੱਲੋਂ, ਉਹਨਾਂ ਦੀ ਬੇਟੀ ਦਾ ਬਰਥਡੇ ਆ, ਅਤੇ ਆਪਾਂ ਬਰਥਡੇ ਪਾਰਟੀ 'ਤੇ ਜਾਣਾ, ਮੰਡੀ ਹੋਈ ਆ, ਫਿਰ ਆਪਾਂ ਉੱਥੇ ਚੱਲਾਂਗੇ। ਦਿਲਖੁਸ਼ ਅਤੇ ਆਂਟੀ ਘਰੇ ਆ, ਦਿਲਖੁਸ਼ ਆਪਦਾ ਕੰਮ ਕਰ ਕਰੀ ਜਾਂਦਾ, ਮੈਂ ਅਮਰਿੰਦਰ, ਮੰਮੀ ਅਤੇ ਡੈਡੀ ਪਹੁੰਚ ਗਏ। ਅਤੇ ਗਲਾ ਮੇਰਾ ਰਾਤ ਦਾ ਖਰਾਬ ਆ, ਪਲੀਜ਼ ਇਹਨੂੰ ਅਵੋਇਡ ਕਰਿਓ, ਸਵਾਲ ਹੀ ਨਹੀਂ ਲਊਂਗੀ ਸੱਚ ਮੈਂ। ਅਤੇ ਹੁਣ ਆਪਾਂ ਪਹੁੰਚਦੇ ਹਾਂ, ਅਤੇ ਪਹਿਲਾਂ ਮੈਡੀਕਲ ਹੀ ਹੋਊਗਾ, ਪਹਿਲਾਂ ਸਵਾਲ ਹੀ ਨਹੀਂ ਲੱਗੇ, ਫਿਰ ਅੱਗੇ ਚੱਲ ਕੇ ਕੋਈ ਕੰਮ ਕਰਾਂਗੇ। ਉਹ ਵੀ ਪਹੁੰਚ ਗਿਆ ਚੇਅਰ ਮੇਰਾ, ਮੰਮੀ ਦੋਣੇ ਚੱਪਲਾਂ ਭਾਰੀ ਆ ਜੇ, ਹੌਲੀ ਆ ਮੀ ਚੱਪਲ, ਨਵੀਂ ਚੀਜ਼ ਪਾਉਂਗੇ ਤਾਂ ਆਂਟੀ ਤੁਹਾਨੂੰ ਅਲੱਗ ਲੱਗੂ। ਹਾਂ, ਥੋੜੇ ਦਿਨ ਜਦੋਂ ਗਿੱਜ ਗਈ ਮੀ ਫੇਰ ਨਹੀਂ ਲੱਗਣਾ। ਪਹਿਲਾ ਕੰਮ ਹੋ ਗਿਆ ਡਨ, ਮੰਮੀ ਦਾ ਚੱਪਲਾਂ ਮੰਮੀ ਨੇ ਲੈ ਲਈਆਂ, ਮੰਮੀ ਸਹੀ ਆ, ਪੈਸੇ ਲਵਾ ਤੇ ਮੰਮੀ ਦੀਆਂ ਆਡਾਂ ਦੀਆਂ ਚੱਪਲਾਂ, ਤੇ ਮੰਮੀ ਦਾ ਲਾਉਂਦੀ ਨਹੀਂ ਸੀ ਪਰ ਮੈਂ ਲਵਾ ਤੇ। ਲਓ ਵੀ ਹੁਣ ਮੰਮੀ ਦਾ ਕੰਮ ਆ ਜਿਹੜਾ, ਹੁਣ ਆਪਾਂ ਲਵਾਉਣੇ ਮੰਮੀ ਦੇ ਇੰਜੈਕਸ਼ਨ, ਅੱਜ ਮੰਮੀ ਦੇ ਕੰਮ ਕਰਾਉਣੇ ਸਾਰੇ। ਅਤੇ ਆਪਾਂ ਜਿਹੜੇ, ਮੈਂ ਤੁਹਾਨੂੰ ਕਿਹਾ ਸੀ ਆਪਾਂ ਬਲੈਕ ਕਲਰ ਦੇ ਸੂਟ ਰੈਡੀ ਕੀਤੇ ਆ, ਆਹ ਆਪਣਾ ਸ਼ਰਟ ਆ, ਉਹਨਾਂ ਨੇ ਕਿਹਾ ਸੀ ਬੈਨ ਵਾਲਾ ਨੈੱਕ ਬਣਾਉਣਾ, ਆਪਾਂ ਬੈਨ ਵਾਲਾ ਨੈੱਕ ਬਣਾਇਆ। ਉਸ ਤੋਂ ਬਾਅਦ ਇਹਦੇ ਨਾਲ ਚਨੌਨ ਦੇ ਦੁਪੱਟੇ 'ਤੇ ਆਪਾਂ ਲੈਸ ਲਾ ਕੇ ਰੈਡੀ ਕੀਤਾ, ਇੱਦਾਂ ਹੀ ਇਹਦੀ ਬੋਟਮ ਆ, ਅਤੇ ਇਹਦੇ ਆਪਾਂ ਸੇਮ ਸੂਟ 4 ਰੈਡੀ ਕੀਤੇ ਆ, ਦੇਖੋ ਤੁਸੀਂ, ਠੀਕ ਆ। ਇਹ ਸੂਟ ਆਪਾਂ ਰੈਡੀ ਕੀਤੇ ਆ, ਜੇ ਕਿਸੇ ਨੇ ਵੀ ਸੇਮ ਸੂਟ ਕਸਟਮਾਈਜ਼ ਕਰਾਉਣਾ ਤੁਸੀਂ ਕਰਵਾ ਸਕਦੇ ਹੋ। ਆਹ ਸੂਟ ਦੀ ਫੋਲੋ ਡੋਕਾ ਦੇਖ ਲਓ, ਇਹਨੂੰ ਆਪਾਂ ਬ੍ਰੋਕਟ ਦਾ ਸੂਟ ਕਹਿ ਦਿੰਦੇ ਹਾਂ। ਕਿਸੇ ਵੀ ਕਲਰ 'ਚ ਤੁਸੀਂ ਆਪਣਾ ਜਿਹੜਾ ਔਡਰ ਪਲੇਸ ਕਰ ਸਕਦੇ ਹੋ। ਇਹਨਾਂ ਨੇ ਫੁੱਲ ਆਲ ਓਵਰ ਸੂਟ ਕਹੇ ਸੀਗੇ, ਅਤੇ ਆਪਾਂ ਜਿਹੜੇ ਇਹ ਸੂਟ ਆ
ਪਲੇਨ ਬੋਟਮ ਨਾਲ ਵੀ ਰੈਡੀ ਕਰਵਾ ਸਕਦੇ ਹਾਂ। ਬਈ ਟਾਈਮ ਤਾਂ ਮੈਨੂੰ ਪਤਾ ਨਹੀਂ ਕਿੰਨਾ ਹੋਇਆ, ਪਰ ਦਿਲ ਕੁਝ ਨੇ ਜਿਹੜਾ ਸਫਾਈ ਅਭਿਆਨ ਆ ਉਹ ਚਲਾ ਰੱਖਿਆ, ਮੈਨੂੰ ਉਹਦਾ ਮੈਟ ਸਾਫ ਕਰੋ। ਮੈਂ ਕਿਹਾ ਮੈਟ ਤੂੰ ਸਾਫ ਕਰ ਕਰਦੇ ਚੱਕਦੇ ਫੱਟੇ ਦੇ ਕੋਈ ਇੱਕ ਮਿੰਟ ਦੀ ਕੀ ਪੂੰਜਣਾ ਦਿਲ ਕੋ ਮੇਰੀ ਗੱਲ ਤਾਂ ਨਹੀਂ ਆਏ। ਫਿਰ ਆਪਾਂ ਤਾਂ ਦੀ ਦੂਜੇ ਸੜਕ ਦੇ ਉੱਤੋਂ ਦੀ ਫਲਾਈਓਵਰ ਲਵਾ ਦਗੇ ਕਿਹੜਾ ਹੀ ਬੰਦਾ ਸਫਾਈ ਕਰਮਚਾਰੀ। ਨਾਲੇ ਮੈਨੂੰ ਤਾਂ ਐਂ ਵੀ ਨਹੀਂ ਪਤਾ ਵੀ ਲੋਕ ਖੋਲ ਕੇ ਕਿੱਦਾਂ ਸਾਫ਼ ਹੁੰਦੀਆਂ ਹਨਾ, ਤੇ ਇਹ ਐਵੇਂ ਮੇਰੇ ਪਿੱਛੇ ਪਿਆ ਰਹੂਗਾ ਜਿਹੜੀ ਚੀਜ਼ ਸਾਡੀ। ਅੱਛਾ ਹੁਣ ਮੈਂ ਗੱਡੀਆਂ ਸਾਫ਼ ਕਰਨ ਲੱਗਣਾ, ਲੈ ਮੰਮੀ ਫੂਕ ਮਾਰ ਕੇ ਰੇਤ ਤੜਾਉਂਦੀ ਆ। ਮੰਮੀ ਸਫਾਈ ਤਾਂ ਹੈਗੀ ਪਰ ਜੇ ਨਾ ਵੀ ਹੋਊ ਤਾਂ ਵੀ ਕੋਈ ਖਾਸ ਗੱਲ ਨੀ, ਇੱਕ ਅੱਧੇ ਹਰੀ। ਚਲੋ ਬਾਈ ਗਰਮੀ ਬਹੁਤ ਆ ਬਾਈ, ਮੈਂ ਤਾਂ ਬਹਿੰਦੀ ਹਾਂ ਕਾਰ ਤਾਂ ਠੰਡ ਹੋਈ ਆ, ਐ ਲੱਗਦਾ ਜਿਵੇਂ ਮੀਂਹ ਆਊਗਾ। ਗੇਟ ਵਾਲ ਖੋਲ ਦਿੰਦਾ ਜਦੋਂ ਇੱਥੇ ਪਹੁੰਚਦਾ, ਟੈਂਕਾਂ ਖਤਮ ਹੋ ਜਾਂਦਾ, ਆਈ ਤੁਰੇ ਜਾਂਦੇ। ਸ਼ਨੀਵਾਰ ਤੋਂ ਮੀਂਹ ਆਊਗਾ, ਇਹਦੇ ਫੁੱਫੜੀ ਕਹਿੰਦੇ ਜੀ ਹਾਂਜੀ ਦਿਖਾ ਦੋ ਕੋਈ ਮਰਜ਼ੀ ਰੱਖਣ ਵੀ ਆਈਆਂ ਫੋਨ ਅੱਗੇ ਅੰਦਰ ਲਈ ਬੁਲਾਈ ਆਏ ਕੋਡ ਸੈੱਟ ਕਰਦੇ ਹੋ ਲੇਟ ਹੀ ਗਏ ਤੇ ਆਪਾਂ ਗਿਫਟ ਜਿਹੜਾ ਹੈਗਾ ਉਹ ਲੈ ਲਿਆ ਤੇ ਬੱਦਲ ਦੇਖੋ ਕਿਵੇਂ ਹੋਏ ਪਏ ਆ। ਅਮਰਿੰਦਰ ਸਟ੍ਰੀਕ ਪਾਉਣ ਲੱਗੀ ਸੀ ਤਾਂ ਕਰਕੇ ਮੈਂ ਵੀ ਦੇਖ ਲਿਆ, ਮੈਂ ਕਿਹਾ ਆਪਾਂ ਵੀ ਕੈਪਚਰ ਕਰ ਲਏ। ਗਾਡੀ ਮੰਡੀ ਵੀ ਟੇਸਟ ਹੱਟ ਜਿੱਥੇ ਅਸੀਂ ਖਾਸ ਕਰ ਪਹਿਲਾਂ ਆਉਂਦੇ ਜਾਂਦੇ ਰਹਿੰਦੇ ਸੀ। ਕਿਵੇਂ ਆ, ਹੈਪੀ ਬਰਥਡੇ ਟੂ ਯੂ, ਹੈਂ ਸ਼ਰਮਾ ਕੇ ਤਾਂ ਗਈ, ਇਹਦੇ ਬਰਥਡੇ 'ਤੇ ਆਏ ਬਈ ਆਪਾਂ, ਸ਼ਰਮਾ ਕੇ ਤਾਂ ਗਈ, ਥੈਂਕ ਯੂ ਤਾਂ ਕਹਿੰਦੇ, ਹੈਂ ਥੈਂਕ ਯੂ ਤਾਂ ਕਹਿੰਦੇ, ਤੂੰ ਕਹਿੰਦੇ ਕਹੀ ਥੈਂਕ ਯੂ, ਉਹਦੇ ਪਿੱਛੇ ਲੁਕਣ ਲੱਗ ਗਈ ਮੇਰੇ ਵਰਗੀ, ਮੈਂ ਮੇਰੇ ਨਾਲ ਉੱਠ ਗਿਆ ਗਾਉੜੀ, ਇਹਦਾ ਮੇਕਅਪ ਵੀ ਕਰਕੇ ਅੱਜ ਬਲਸ਼ਰ ਬਲੂਸ਼ਰ ਲਾ ਕੇ ਆਈਏ ਚੜਾਈ ਅੱਜ ਦੀ, ਤੂੰ ਇੱਧਰ ਆ ਜਾ ਬਾਈ, ਇਹਦੇ ਨੂੰ ਬੈਠਣ ਨਹੀਂ ਦਿੰਦੀ, ਹੁਣ ਇੱਥੇ ਆਊਗੀ ਨਾਲੇ ਇਹ, ਹੈਨਾ ਬਈ ਆਂਟੀ ਵਰਗੇ ਵੀ ਆਏ ਸੀ, ਦੀ ਵਰਗੇ, ਹੈਪੀ ਬਰਥਡੇ ਕੁੜੀ, ਜਨਮ ਦਿਨ ਦੀਆਂ ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ, ਟੋਪੀਆਂ ਪਹਿਲਾਂ ਹੀ ਸਜਾਈ ਬੈਠੀਆਂ ਇਹ, ਹੈਂ ਓਏ ਮੈਨੂੰ ਉਹਨਾਂ ਤੋਂ ਪੱਤੇ ਪੱਟ ਦਊਂਗਾ ਜਦੋਂ ਜਨਮ ਦਿਨ ਮਨਾਉਣਾ ਆਪਾਂ, ਹੈਂ ਉਹ ਤਾਂ ਵਾਲਾ ਹੀ ਸੰਗਦੀ ਆ ਲੋਕ ਕੀ ਲੈ ਉਹ ਕਿਵੇਂ ਗੇਟ ਕਰ ਗਈ ਜਾਂਦਾ ਚੱਕੋ ਚੱਕ ਤਾਂ ਲੈ, ਹੈਂ ਆਏ ਆਏ ਚੱਕ ਦੇ ਕਿ ਮੈਂ ਚੱਕ ਰੱਖਾਂ ਬੀਪਲ ਵਸ ਕਰ ਸਾਰੇ ਗਾ ਕੇ ਫ੍ਰੀ ਹੋ ਗਏ ਬੀਪਲ ਨੂੰ ਕੱਲੀ ਗਏ।
ਅਸਲ ਜਿਹੜਾ ਮੈਂ ਫੋਨ ਆਉਣ ਲੱਗ ਗਈ ਸੀ ਕਿਉਂ ਤੁਸੀਂ ਤਾਂ ਕਰਕੇ ਲੇਟ ਹੋ ਗਈ ਕੇਕ ਕੱਟਣ ਦੀ ਪੂਰੀ ਪੂਰੀ ਪ੍ਰੋਗਰਾਮ ਬਣ ਚੁੱਕਿਆ ਦੋਨੇ ਭੈਣਾਂ ਨੇ ਇੱਕੋ ਜਿਹੀਆਂ ਟੋਪੀਆਂ ਲੱਗਦੀਆਂ ਹੈਂ ਹੋਰ ਸੇਮ ਸੇਮ ਹੀ ਰਹਿੰਦੀਆਂ ਨਹੀਂ ਨਹੀਂ ਲੈ ਲਓ ਕੱਪੜੇ ਐਨ ਕਿ ਉਹਦੇ ਤਾਂ ਉਹ ਐਂ ਉਹਦੇ ਕੇਕ ਮੈਚਿੰਗ ਹੋ ਗਿਆ ਕੱਪੜਿਆਂ ਨਾਲ ਹੈਨਾ ਤੂੰ ਵੀ ਗ੍ਰੀਨ ਪਾ ਕੇ ਆਉਣਾ ਸੀ ਤੈਨੂੰ ਪਤਾ ਨਹੀਂ ਲੱਗਿਆ Birthday to you, happy birthday to you, ਇਹ ਥੋੜੀ ਕਾਲੀ ਆ ਥੋੜੀ ਜਿਹੀ ਕਿ ਬਾਹਲੀ ਕਾਲੀ ਆ ਇਹ ਪੀਜ਼ਾ ਹਜੇ ਇਹਨੇ ਹੁਣ ਖਤਮ ਕੀਤਾ ਉਹੀ ਤਾਂ ਵਿਹਲੀ ਹੁੰਦੇ ਆ ਕੰਮ ਨੂੰ ਟਾਈਮ ਟੂਮ ਵਾਲੀ ਗੱਲ ਕੋਈ ਕੱਲੀ ਦੂਹ ਦੂਹ ਲੱਗੀ ਪਈ ਆ ਕੇਕ ਨੂੰ ਹਿੰਦੀ ਕਾਹਤੋਂ ਬੋਲਦੀ ਆ ਕਹਿੰਦੀ ਜੇ ਲੈਤੇ ਜਾਓ ਹਿੰਦੀ ਕਾਹਤੋਂ ਬੋਲਦੀ ਆ ਲਓ ਬਈ ਪਾਰਟੀ ਓਵਰ ਹੋ ਗਈ ਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ ਦੀ ਅਰਗੇ ਵੀ ਚੱਲੇ ਤੇ ਆਪਾਂ ਵੀ ਬਹਿ ਗਏ ਦਿਲ ਕੁਛ ਤਾਂ ਬਹਿ ਵੀ ਗਿਆ ਦਿਲ ਕੁਛ ਕਹਿੰਦਾ ਬਾਹਰ ਠੰਡ ਬਹੁਤ ਹੋਈ ਪਈ ਆ ਤਾਂ ਕਰਕੇ ਅਸੀਂ ਵੀ ਬਾਹਰ ਠੰਡ ਦਾ ਨਜ਼ਾਰਾ ਲੈ ਲਏ ਸੀ ਓਕੇ ਬਾਏ ਬਾਏ ਜੀ ਬਾਏ ਥੋੜੀਆਂ ਜਿਹੀਆਂ ਜਾਮਣ ਆਪਾਂ ਜਾਮਣ ਆਪਣੇ ਕੁਗੀ ਭੂਆ ਕੇ ਲੈ ਕੇ ਆਏ ਸੀ ਤੇ ਅੱਜ ਮੈਂ ਕਿ ਲੈ ਕੇ ਭੇਜ ਦਿੱਤੇ ਨੇ ਭੂਆ ਕੇ ਲਿਆਏ ਸੀ ਬਾਚਿੰਗਾਂ ਥੋੜੀਆਂ ਜਿਹੀਆਂ ਤੇ ਇੱਧਰ ਮੈਂ ਕਿ ਲੈ ਕੇ ਭੇਜ ਦਿੱਤੇ ਹੁਣ ਆਪਾਂ ਕੱਲ੍ਹ ਤੋਂ ਜਾਮਣਾ ਖਾਣੇ ਕਰਨੇ ਸ਼ੁਰੂ ਕਿਉਂਕਿ ਜਿਹੜੀ ਮੇਰੀ ਡਿਊਟੀ ਸੀ ਉਹ ਡਨ ਹੋ ਗਈ ਪਾਰਸਲੇ 'ਚ ਪੈਕ ਕਰਤੇ ਇੰਨੇ ਪਾਰਸਲ ਇਹਦੇ 'ਚ ਪੈਕ ਕਰਤੇ ਨੀਚੇ ਦੇ ਨੀਚੇ ਕਰਕੇ ਠੀਕ ਹੈ ਆਪਣਾ ਇਹ ਡਨ ਆ ਹੁਣ ਦਿਲ ਕੁਛ ਨਹੀਂ ਤੜਕੇ ਲੈ ਜਾਣਾ ਚੱਕ ਕੇ ਹਾਂਜੀ ਅਤੇ ਅੱਜ ਦੇ ਵਲੋਗ ਆਪਾਂ ਇੱਥੇ ਕਰਦੇ ਐਂਡ ਵਲੋਗ ਛੋਟਾ ਹੋਊਗਾ ਬਟ ਤੁਸੀਂ ਇੰਜੋਏ ਕਰਿਓ ਥੋੜ੍ਹਾ ਜਿਹਾ ਮੇਰੇ ਗਲੇ ਨੇ ਨਹੀਂ ਸਾਥ ਦਿੱਤਾ ਥੋੜ੍ਹਾ ਜਿਹਾ ਅੱਜ ਬਿਜ਼ੀ ਹੋ ਗਏ ਸੀ ਜਿੱਦਾਂ ਤੁਹਾਨੂੰ ਪਤਾ ਵੀ ਮਾਮੀ ਵਰਗੀਆਂ ਆਉਂਦਾ ਸੀ ਹੈ ਫਿਰ ਗੱਲਾਂ ਬਾਤਾਂ ਕਰਨ ਲੱਗ ਕੇ ਰੋਟੀ ਪਾਣੀ ਬਣਾਉਣ ਲੱਗ ਗਏ ਤਾਂ ਕਰਕੇ ਵਲੋਗ ਸ਼ੂਟ ਨਹੀਂ ਹੋਇਆ ਜਿੰਨਾ ਕੁ ਵਲੋਗ ਸ਼ੂਟ ਹੋਇਆ ਇਹਨੂੰ ਇੰਜੋਏ ਕਰਿਓ ਜਿਹੜਾ ਕੱਲ੍ਹ ਵਾਲਾ ਵਲੋਗ ਹੋਊਗਾ ਉਹ ਆਪਾਂ ਵਧੀਆ ਸ਼ੂਟ ਕਰਾਂਗੇ ਨਾਲੇ ਥੋੜ੍ਹਾ ਜਿਹਾ ਮੇਰਾ ਗਲਾ ਠੀਕ ਹੋ ਜੂਗਾ ਕੱਲ੍ਹ ਤਾਂ ਹੀ ਅਤੇ ਹੋਪਫੁਲੀ ਤੁਹਾਨੂੰ ਵਲੋਗ ਵਧੀਆ ਲੱਗਿਆ ਜੇ ਵਲੋਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਨੂੰ ਕਰ ਲਓ ਪ੍ਰੈਸ ਟਿਲ ਦੈਨ ਮੋਬਾਈਲ ਟੇਕ ਕੇਅਰ ਗੁੱਡ ਨਾਈਟ ਗੁੱਡ ਨਾਈਟ ਗੁੱਡ ਨਾਈਟ